ਆ ਸਿੱਧੂ ਮੂਸੇਵਾਲਾ ਜੀ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਡਰ ਲੱਗ ਰਿਹਾ ਥੋੜਾ ਜਿਹਾ ਕਿਤੇ ਹਾਰ ਨਾ ਜਾਓ ਨਹੀਂ ਫਿਰ ਕੀ ਹੋ ਗਈ ਹਾਰ ਏਡਾ ਡਰ ਤਾਂ ਜ਼ਿੰਦਗੀ ਦਾ ਹਿੱਸਾ ਨਹੀਂ ਜੀ ਇਹ ਤਾਂ ਚੱਲਦੀਆਂ ਨੇ ਨਹੀਂ ਚੀਜ਼ਾਂ ਹਾਰ ਜਿੱਤ ਕੇ ਜਿੱਤਣ ਖਾਤਰ ਸਾਰੀ ਹੁੰਦੇ ਨੇ ਸਾਰੇ MLA ਥੋੜੀ ਬਣਦੇ ਨੇ ਬਾਈ ਕਿਤੇ ਹੈ ਜ਼ੋਰ ਲਾਉਣਾ ਜੋ ਜੰਗ ਨਵਾਂ ਖੇਤਰ ਹੈ ਜ਼ੋਰ ਲਾਵਾਂਗੇ ਜਿੱਤ ਹਾਰ ਦਾ ਕੀ ਹੈ ਅੱਜ ਤਾਂ ਸਾਡੀ ਤਾਂ ਹਾਰ ਵੀ ਜਿੱਤਾਂ ਵਰਗੀ ਹੁੰਦੀ ਹੈ ਮੈਂ ਦੇਖ ਰਹੀ ਪ੍ਰਚਾਰ ਤੁਸੀਂ ਜ਼ੋਰਾਂ ਸ਼ੋਰਾਂ ਨਾਲ ਲੱਗੇ ਹੋ ਸਵੇਰੇ ਕਿੰਨੇ ਵਜੇ ਨਿਕਲਦੇ ਹੋ ਤੇ ਘਰ ਕਿੰਨੇ ਵਜੇ ਵਾਪਸ ਮੁੜਦੇ ਹੋ ਵਾਪਸ ਰਾਤ ਨੂੰ 1 ਵਜੇ 2 ਵਜੇ ਸਵੇਰੇ 6 ਵਜੇ ਫੇਰ ਨਿਕਲ ਜਾਂਦੇ ਪੇਰੈਂਟਸ ਵੀ ਲੱਗੇ ਹੋਏ ਨੇ ਚੱਲੇ ਹੋਏ ਪਏ ਪੇਰੈਂਟਸ ਸੋਤ ਤੋਂ ਗਲਾ ਵੀ ਬੈਠਾ ਹੋਇਆ ਗਲਾ ਬੈਠਿਆ ਪਿਆ ਹਾਂ ਕਿੰਨੇ ਕੋ ਪੋਲੀਟੀਕਲ ਹੋ ਗਏ ਮੂਸੇਵਾਲਾ ਜੀ ਨਹੀਂ ਮੈਂ ਤਾਂ ਨਹੀਂ ਹੋਇਆ ਤੁਸੀਂ ਮੇਰੀ ਸਪੀਚ ਦੇਖੀ ਕੋਈ ਲੱਗੀ ਪੋਲੀਟੀਕਲ ਵਾਲੀ ਗੱਲ ਆ ਤਾਂ ਖੁਸ਼ ਹੋ ਕੇ ਜੋ ਗੱਲਾਂ ਮੇਰੇ ਦਿਲ ਚ ਹੁੰਦੀਆਂ ਮੈਂ ਗੱਲ ਕਰ ਲੈਣਾ ਨਾ ਸਾਰੇ ਗਾਣਾ ਗਾਉਣਾ ਜ਼ਿਆਦਾ ਔਖਾ ਲੱਗਦਾ ਇੱਥੇ ਭਾਸ਼ਣ ਦੇਣਾ ਗੱਲਬਾਤ ਕਰਨੀ ਲੋਕਾਂ ਨੂੰ ਕਨਵਿੰਸ ਸੌਖੇ ਲੱਗਦਾ ਕਰ ਲੈਣਾ ਕਨਵਿੰਸ ਮੈਂ ਓਏ ਸੱਚੀਆਂ ਗੱਲਾਂ ਕਰਦੇ ਲੋਕ ਕਨਵਿੰਸ ਹੁੰਦੇ ਆ ਕਿ ਝੂਠ ਬੋਲਾਂਗੇ ਤੇ ਝੂਠ ਚ ਕਨਵਿੰਸ ਕਰਨਾ ਔਖਾ ਹੁੰਦਾ ਜੀ ਪੋਲਿਟਿਕਸ ਦੇ ਵਿੱਚ ਆ ਕੇ ਕੋਈ ਐਸੀ ਗੱਲ ਲੱਗੇ ਕਿ ਤੁਹਾਨੂੰ ਬੜੀ ਹੈਰਾਨਗੀ ਹੋਈ ਹੋਵੇ ਪਰੇਸ਼ਾਨ ਹੋਏ ਹੋ ਬਈ ਇਹ ਵੀ ਇੱਥੇ ਹੁੰਦਾ ਕੋਈ ਐਸੀ ਗੱਲ ਕਰਪਸ਼ਨ ਤੇ ਈਗੋਇਸਟਿਕ ਚੀਜ਼ਾਂ ਈਗੋਇਸਟਿਕ ਬਹੁਤ ਨੇ ਕਈ ਹੁੰਦੇ ਹਾਂ ਵੀ ਕਈ ਵੀ ਯਾਰ ਹਮ ਮੈਂ ਮਾ ਯਾਰ ਵੀ ਮੈਂ ਤਾਂ ਇਹ ਚੀਜ਼ ਕਦੇ ਸੋਚੀ ਨਹੀਂ ਕਿ ਮੈਨੂੰ ਇੰਨੀ ਦੁਨੀਆ ਜਾਣਦੀ ਹੈ 200 ਵੋਟ ਵਾਲਾ 250 ਵੋਟ ਵਾਲਾ ਬੰਦਾ ਕਹਿੰਦਾ ਮੈਂ ਮੇਰੀ ਗੱਲਬਾਤ ਹੈ ਪੂਰੀ ਇਹ ਸਾਨੂੰ ਸਾਰੀ ਦੁਨੀਆ ਜਾਣਦੀ ਹੈ ਇਸ ਤਰ੍ਹਾਂ ਕਦੇ ਕਿਹਾ ਨਹੀਂ ਵੀ ਸਾਡੀ ਇਹ ਗੱਲਬਾਤ ਹੈ ਸਾਡੀ ਹਾਂ ਕਹਿੰਦਾ ਕਦੇ ਔੜਜੀਆਂ ਲੱਗਦੀਆਂ ਚੀਜ਼ਾਂ ਸਾਰੇ ਬੰਦੇ ਇੱਕੋ ਜਿਹੇ ਹੁੰਦੇ ਕਈ ਬੰਦੇ ਚੰਗੇ ਵੀ ਹੁੰਦੇ ਕਈ ਮਾੜੇ ਵੀ ਹੁੰਦੇ ਜੀ ਲੱਗਦਾ ਈਗੋ ਆ ਜਾਂਦੀ ਹੈ ਜਦੋਂ ਕੋਈ ਲੀਡਰ ਬਣਦਾ ਕੋਈ MLA ਬਣਦਾ ਤੇ ਹੋਰ ਆਪਣੇ ਆਪ ਨੂੰ ਵੱਡਾ ਸਮਝਣਾ ਸ਼ੁਰੂ ਹੋ ਜਾਂਦਾ ਇੱਕੋ ਜਿਹੇ ਨਹੀਂ ਹੁੰਦੀਆਂ ਜੀ ਕਈ ਵਾਰੀ ਬੰਦੇ ਚੰਗੇ ਵੀ ਹੁੰਦੇ ਕਈ ਵਾਰੀ ਬੰਦੇ ਮਾੜੇ ਆ ਗੱਲ ਤੇ ਜਦੋਂ ਤੁਸੀਂ ਪ੍ਰਚਾਰ ਕਰਨ ਨਿਕਲਦੇ ਹੋ ਤੇ ਲੋਕਾਂ ਵੱਲੋਂ ਕਿਹਦਾ ਹੁੰਗਾਰਾ ਮਿਲ ਰਿਹਾ ਕਹਿ ਰਹੇ ਨੇ ਵਧੀਆ ਜਿੱਥੇ ਗੱਲ ਪਹੁੰਚ ਜਾਂਦੀ ਹੈ ਕਈ ਵਾਰੀ ਤਾਂ ਝਾੜੂ ਵਾਲੇ ਬਿੱਲੇ ਲੱਗੇ ਹੁੰਦੇ ਆ ਮਾਰਦੇ ਕੰਦ ਉੱਤੋਂ ਨੇ ਵੀ ਯਾਰ ਨਹੀਂ ਪਾਉਣੀ ਜਿੰਦ ਤਾਂ ਪਤੇ ਬੰਦੇ ਤਾਂ ਕੁਝ ਹੋਰ ਨਿਕਲੇ ਤੇ ਕੁਝ ਹੋਰ ਸੱਚੀ ਆਂਦੇ ਐਸਾ ਕੀ ਦੇਖ ਰਹੇ ਨੇ ਤੁਹਾਡੇ ਵਿੱਚ ਜਦੋਂ ਗੱਲ ਕਰਦੇ ਆ ਕਿਸੇ ਨਾਲ ਕੋਈ ਫਰੈਂਕਲੀ ਗੱਲ ਕਰਦਾ ਮੈਂ ਸਾਫ਼ ਸਾਫ਼ ਗੱਲਾਂ ਕਰਦਾ ਵੀ ਆਹ ਗੱਲਾਂ ਨੇ ਯਾਰ ਕੀ ਬਾਤ ਆ ਯਾਰ ਆਹ ਗੱਲ ਤਾਂ ਇਹ ਸੋਚੀ ਨਹੀਂ ਐਂ ਗੱਲ ਕਰ ਗਾਇਕੀ ਦੇ ਵਿੱਚ ਤਾਂ ਬਹੁਤ ਸਾਰੇ ਕੰਪਲੀਮੈਂਟਸ ਮਿਲੇ ਹੋਣਗੇ ਅਸੀਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਹੁਣ ਜਦੋਂ ਪ੍ਰਚਾਰ ਕਰਨ ਨਿਕਲ ਰਹੇ ਹੋ ਤੇ ਕੋਈ ਐਸਾ ਕੰਪਲੀਮੈਂਟ ਕੋਈ ਗੱਲ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਨਹੀਂ ਕੱਲ ਹੀ ਗੱਲ ਹੋਈ ਸੀਗੀ ਕੱਲ ਜਦੋਂ ਅਸੀਂ ਗਏ ਤੇ ਅੱਜ ਦੀ ਗੱਲ ਹੀ ਹੈ ਉਹ ਝਾੜੂ ਦੇ ਬਿੱਲੇ ਜੇ ਲੱਗੇ ਹੋਏ ਸੀ ਕਿਸੇ ਨੇ ਉਹ ਕਹਿੰਦਾ ਯਾਰ ਬਾਈ ਪਹਿਲਾਂ ਪਾਉਣੀ ਸੀ ਵੋਟ ਕਹਿੰਦਾ ਬਾਈ ਮੈਂ ਸੁੱਟਤਾ ਮੇਰੇ ਸਾਹਮਣੇ ਮੈਂ ਕੀ ਹੋ ਕੀ ਗਿਆ ਕਹਿੰਦਾ ਯਾਰ ਗੱਲ ਹੀ ਨਹੀਂ ਸੁਣੀਆਂ ਕਰੇ ਕਿੰਨਾ ਚੰਗਾ ਲੱਗਦਾ ਹੋਏਗਾ ਨਾ ਕਿ ਜਿਹਨੂੰ ਟੀਵੀ ਤੇ ਅਸੀਂ ਦੇਖਦੇ ਸੀ ਉਹ ਸਾਡੇ ਵਿੱਚ ਅੱਜ ਵਿਚਰ ਰਿਹਾ ਹੈ ਸੈਲਫੀ ਲੈਣ ਦੇ ਲਈ ਪਹਿਲਾਂ ਥੋੜਾ ਔਖਾ ਤਾਂ ਪਹਿਲਾਂ ਥੋੜਾ ਹੁੰਦਾ ਸੀ ਈਜ਼ੀ ਅਪਰੋਚੇਬਲ ਆਰਟਿਸਟ ਆ ਕੋਈ ਨਹੀਂ ਹੈਗਾ ਪੰਜਾਬ 'ਚ ਦੁਨੀਆ 'ਚ ਨਹੀਂ ਹੈਗਾ ਕੋਈ ਮੇਰੇ ਤਾਂ ਘਰ ਸਾਰਿਆਂ ਨੂੰ ਪਤਾ 10 ਬੰਦੇ ਆ ਕੇ ਸਿੱਧੀ ਆ ਕੇ ਗੱਲ ਕਰਾ ਦਿੰਦੇ ਫੋਟੋ ਕਰਾ ਲੈਂਦੇ ਸੋ ਇਹ ਗੱਲਾਂ ਨਹੀਂ ਹੈਗੀ ਮਾਇਨੇ ਨਹੀਂ ਰੱਖਦੀ ਪੜ ਪਾ ਰਹੇ ਹੋ ਲੋਕਾਂ ਦੇ ਮਨ ਕਿ ਇਸ ਮੂਸੇਵਾਲਾ ਦਾ ਨਾਮ ਹੀ ਚੱਲ ਰਿਹਾ ਹਾਂ ਪੜ ਪਾ ਰਹੇ ਜਿੱਥੇ ਜਿੱਥੇ ਜਾਂਦੇ ਬਹੁਤ ਪਿਆਰ ਕਰਦੇ ਲੋਕ ਆਮ ਆਦਮੀ ਪਾਰਟੀ ਨੇ ਇੱਥੇ ਮਾਨਸਾ 'ਚ ਤੁਹਾਨੂੰ ਕੰਪੀਟੀਸ਼ਨ ਲੱਗ ਰਿਹਾ ਨਹੀਂ ਹਾਂ ਉਹ ਤਾਂ ਹੁੰਦਾ ਹੀ ਹੈ ਫਿਰ ਬਰਾਬਰ ਦੀ ਪਾਰਟੀ ਕੋਈ ਹੁੰਦੀ ਹੈ ਹਾਂ ਇੱਥੇ ਹੈਗਾ ਇੱਥੇ ਆਮ ਆਦਮੀ ਨਾਲ ਟੱਕਰਿਆ ਪਰ ਉਦਾਂ ਸੀ ਉਹਨਾਂ ਨੂੰ ਕੰਪੀਟੀਸ਼ਨ 'ਚ ਨਹੀਂ ਮੰਨਦੇ ਕਿਉਂਕਿ ਸਾਡੇ ਸ਼ਹਿਰ ਦੀ ਨੇ ਉਹ ਵੀ ਸਾਡੀ ਕੋਈ ਉਹਨਾਂ ਨਾਲ ਕੋਈ ਹੀਨ ਭਾਵਨਾ ਨਹੀਂ ਹੈਗੀ ਤੁਸੀਂ ਪੋਲਿਟਿਕਸ ਜਾਣ ਬਾਰੇ ਸੋਚਿਆ ਤੁਸੀਂ ਕਿਹਾ ਕਿ ਮੈਂ ਸਾਲ 2 ਸਾਲ ਤੋਂ ਸੋਚ ਰਿਹਾ ਸੀ ਕਿ ਮੈਂ ਕਿਹੜੀ ਪਾਰਟੀ 'ਚ ਜਾਵਾਂ ਫਿਰ ਤੁਸੀਂ ਕਾਂਗਰਸ ਚੁਣੀ ਕਦੀ ਐਸਾ ਮਨ ਦੇ ਵਿੱਚ ਆਇਆ ਕਿ ਮੈਂ ਆਪਣੀ ਪਾਰਟੀ ਬਣਾ ਲਾ ਬਈ ਮੈਂ ਵੀ ਕਾਫੀ ਪਪੂਲਰ ਆ ਤੇ ਲੋਕ ਜੁੜਨਗੇ ਕਦੀ ਐਸਾ ਆਇਆ ਪ੍ਰੈਕਟੀਕਲ ਨਹੀਂ ਟੂ ਅਰਲੀ ਹੋ ਜੋ ਉਸ ਚੀਜ਼ ਲਈ ਸੋਚਿਆ ਸੀ ਕਦੀ ਆਇਆ ਕਿ ਹਾਂ ਨਹੀਂ ਪ੍ਰੈਕਟੀਕਲ ਨਹੀਂ ਸੀ ਉਹ ਚੀਜ਼ ਮੈਂ ਕਰ ਲੈਂਦਾ ਉਹ ਫਿਰ ਉੜ ਜਾਂਦਾ ਬਹੁਤ ਬਣਾਈਆਂ ਪਾਰਟੀਆਂ ਖਿਲਰ ਜਾਂਦੀਆਂ ਮੁੜ ਕੇ ਸੋ ਪਹਿਲਾਂ ਇੱਕ ਚੰਗਾ ਬੰਦਾ ਸੁਲਝਿਆ ਹੋਇਆ ਬੰਦਾ ਪਾਰਟੀ ਨੂੰ ਚਲਾ ਸਕਦਾ ਮੈਂ ਹੁਣ ਕਹਾਂ ਮੈਂ ਹਜੇ ਲੀਡਰ ਬਣੇ ਨਹੀਂ ਤੇ ਪਾਰਟੀ ਪਹਿਲਾਂ ਬਣਾ ਲਿਆ ਹੁਣ ਸੋ ਇਹ ਚੀਜ਼ ਹੋਈ ਤੁਹਾਡੇ ਚ ਆਪਣੇ ਆਪ ਚ ਕਿੰਨੇ ਬਦਲਾਏ ਨੇ ਥੋੜੇ ਤਾਂ ਬਦਲੇ ਹੋਵੋਗੇ ਜਦੋਂ ਪੋਲਿਟਿਕਸ ਪੇਸ਼ੈਂਸ ਬਹੁਤ ਵਧ ਗਈ ਮੈਂ ਪਹਿਲਾਂ ਤਾਂ ਮੈਂ ਇੱਥੋਂ ਇੰਨਾ ਪੇ ਸੁਣੀ ਦਾ ਨਹੀਂ ਹੁਣ ਮੈਂ ਪੇਸ਼ੈਂਸ ਬਹੁਤ ਰੱਖਦਾ ਹੱਸ ਲੈਣਾ ਹੁੰਦਾ ਜੇ ਕੋਈ ਗੱਲ ਮੈਨੂੰ ਬੁਰੀ ਵੀ ਲੱਗੇ ਵੀ ਚੱਲ ਕੋਈ ਦਿੱਕਤ ਨਹੀਂ ਕਰੀਅਰ ਕਿਵੇਂ ਚੱਲ ਰਿਹਾ ਬਾਕੀ ਗਾਣਿਆਂ ਦਾ ਯਾਰੀ ਹੈ ਜੀ ਗਾਣੇ ਬਸ ਸੁਣਾ ਵਿਹਲੇ ਹੋ ਗਏ ਦੋ ਗਾਣੇ ਤੇ ਸਰ ਦੇਖ ਰਹੀ ਸੀ ਜਦੋਂ ਤੁਸੀਂ ਪ੍ਰਚਾਰ ਕਰ ਰਹੇ ਹੋ ਕੈਂਪੇਨ ਕਰ ਰਹੇ ਹੋ ਉਹ ਵੀ ਨਾਲ ਨਾਲ ਵੀਡੀਓ ਬਣਾ ਰਹੇ ਹੋ ਪੂਰੀ ਹਾਂ ਆ ਰਹੇ ਨਾਲ ਦੀ ਪੂਰਾ ਬਣੀ ਜਾਂਦਾ ਸਰ ਆ ਹੁਣ ਛੇਤੀ ਗਾਣਾ ਕਰਾਂਗੇ ਲਈ ਲੋਕਾਂ ਨੂੰ ਇਹ ਵੀ ਲੱਗ ਰਿਹਾ ਕਿ ਭਈ ਮੂਸੇਵਾਲਾ ਇੱਧਰ ਆ ਗਿਆ ਤੇ ਕਿਤੇ ਗਾਣੇ ਗੁਣੇ ਆਣੇ ਨਾ ਬੰਦ ਹੋ ਜਾ ਉਹਨੇ ਛੱਡ ਰਿਹਾ ਜੀ ਕਰੂੰਗਾ ਕੰਮ ਕਰੂੰਗਾ ਹੋਰ ਕੌਣ ਕੌਣ ਆ ਰਹੇ ਇੱਥੇ ਪ੍ਰਚਾਰ ਕਰਨ ਪ੍ਰਚਾਰ ਦੇਖੋ ਜੀ ਹੁਣ ਲਿਸਟ ਤਾਂ ਬਣੀ ਹੋਈ ਹੈ ਆਪੋ ਆਪਣੇ ਜਿਹੜੇ ਮੈਚ ਜਿਹੜੇ ਫ੍ਰੀ ਹੋਣਗੇ ਆ ਜਾਣਗੇ ਚੋਣ ਲੜਨੀ ਹੁੰਦੀ ਪੈਸਾ ਹੋਣਾ ਬੜਾ ਜ਼ਰੂਰੀ ਹੁੰਦਾ ਇੱਥੇ ਬਿਨਾ ਪੈਸੇ ਤੋਂ ਚੋਣ ਨਹੀਂ ਕੋਈ ਲੜ ਸਕਦਾ ਕਿੰਨਾ ਕੁ ਲਗਾ ਰਹੇ ਹੋ ਪੈਸਾ ਫਿਰ ਲੱਗ ਰਿਹਾ ਲੱਗੂਗਾ ਜੀ ਪੈਸਾ ਤਾਂ ਹੁਣ ਸਾਰਾ ਦਿਨ ਗੱਡੀਆਂ ਚੱਲੀ ਜਾਂਦੀਆਂ ਬੰਦੇ ਚੱਲੀ ਜਾਂਦੇ ਸੋ ਕਮਾ ਲਾਂਗੇ ਜੋ ਕਿ ਮਾਨਸਾ ਬੜਾ ਪਛੜਿਆ ਹੋਇਆ ਜਦੋਂ ਆਪਾਂ ਆਂਦੇ ਆ ਹਨਾ ਚੰਡੀਗੜ੍ਹ ਤੋਂ ਜਾਂ ਅੰਮ੍ਰਿਤਸਰ ਵਰਗੇ ਸ਼ਹਿਰ ਤੋਂ ਤੇ ਕੀ ਕੁਝ ਹੋਣ ਵਾਲਾ ਤੁਹਾਨੂੰ ਵੀ ਲੱਗਦਾ ਕਿ ਕਾਫੀ ਡਿਵੈਲਪਮੈਂਟ ਹੋਣ ਵਾਲੀ ਹੈ ਹੋ ਜੂਗੀ ਜੀ ਡਿਵੈਲਪਮੈਂਟ ਥੋੜੇ ਟਾਈਮ ਦੀ ਗੱਲ ਹੀ ਹੈ ਤੇ ਜਲਦੀ ਹੋ ਜੂਗੀ ਪਤਾ ਕੀ ਗੱਲ ਹੌਲੀ ਹੌਲੀ ਚੀਜ਼